ਅਸੀਂ ਭਾਰਤੀ ਕਿਸਾਨ ਏਕਤਾ ਗ੍ਰਾਹਾਂ ਵੱਲੋਂ ਜਿਹੜਾ ਅੱਜ ਇੱਥੇ ਇਕੱਠ ਕੀਤਾ ਉਹ ਸਾਡਾ ਪਿਛਲੇ 18 ਮਹੀਨਿਆਂ ਤੋਂ ਬਠਿੰਡੇ ਜ਼ਿਲ੍ਹੇ ਅੰਦਰ ਜੋ ਗੈਸ ਪਾਈਪਲਾਈਨ ਦਾ ਮਾਮਲਾ, ਗੈਸ ਲੈ ਪਾਈਪਲਾਈਨ ਪਾਈ ਜਾ ਰਹੀ ਹੈ, ਉਹਦਾ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਇਹ ਤਾਂ ਪਹਿਲਾਂ ਸਾਡਾ ਪ੍ਰਸ਼ਾਸਨ ਨਾਲ ਸਮਝੌਤਾ ਹੋਇਆ ਹੋਇਆ ਜਿਹੜਾ ਕਿ 24 ਲੱਖ ਰੁਪਈਆ ਪ੍ਰਤੀ ਏਕੜ ਦਾ, ਅਤੇ ਨਾਲ ਇਹਦੇ ਉੱਪਰ ਜੇ ਕੋਈ ਫਸਲ ਦਾ ਨੁਕਸਾਨ ਹੈ ਜਾਂ ਕੋਈ ਹੋਰ ਕੋਠੇ ਦਾ ਨੁਕਸਾਨ ਹੈ ਉਹ ਉੱਪਰ ਦੇਣਾ ਮੰਨਿਆ ਹੋਇਆ। ਇਹ ਇਹਨਾਂ ਦੇ ਆਪ ਜੇ ਕੰਪਨੀ ਦੇ ਕਾਗਜ਼ਾਂ ਮੁਤਾਬਕ ਹੈ। ਸਰਕਾਰ ਨਾਲ ਹੀ ਵੀ ਪਿਛਲੇ ਦਿਨ ਜਦੋਂ ਮੁੱਖ ਮੰਤਰੀ ਨਾਲ ਗੱਲ ਚੱਲੀ ਉਦੋਂ ਵੀ ਇਹ ਮਸਲਾ ਉੱਥੇ ਉਠਾਇਆ ਗਿਆ। ਮੁੱਖ ਮੰਤਰੀ ਨੇ ਵਿਸ਼ਵਾਸ ਦਵਾਇਆ ਸੀ ਵੀ ਸਮਝੌਤਾ ਸਿਰੇ ਚੜ੍ਹਾਵਾਂਗੇ। ਜਦੋਂ DC ਨਾਲ ਵੀ ਗੱਲ ਚੱਲੀ ਆ ਬਠਿੰਡੇ ਦੇ ਨਾਲ, ਉਹਨਾਂ ਨੂੰ ਵੀ ਕਿਹਾ ਵੀ ਸਮਝੌਤਾ ਸਿਰੇ ਚੜ੍ਹਾਓ। ਉਹਨਾਂ ਵੱਲੋਂ ਆਏ ਸੀ ਵੀ ਇਹ ਕੰਪਨੀ ਦਾ ਨੁਕਸਾਨ ਹੋਈ ਜਾਂਦਾ, ਜੇ ਹੋਈ ਜਾਂਦਾ, ਵੋ ਹੋਈ ਜਾਂਦਾ। ਅਸੀਂ ਕਿਹਾ ਵੀ ਇਹ ਕੁਛ ਹੋਵੇ, ਚਾਹੇ ਤਾਂ ਸਮਝੌਤਾ ਸਿਰੇ ਚੜ੍ਹਾ ਦਿਓ, ਨਹੀਂ ਫਿਰ ਸਾਡਾ ਤੁਸੀਂ ਆਪ ਦਿੰਦੇ ਹੋ। ਰਾਤ ਫਿਰ ਇਹਨਾਂ ਨੇ ਵੱਡੀ ਪੱਧਰ 'ਤੇ ਉਸ ਮੋਰਚੇ 'ਤੇ ਵੱਡੀ ਪੱਧਰ 'ਤੇ ਫੋਰਸ ਲਾ ਕੇ ਮੋਰਚੇ ਨੂੰ ਘੇਰਾ ਪਾਇਆ। ਇੱਧਰੋਂ ਅਸੀਂ ਫਿਰ ਆਪਦਾ ਜਿਹੜਾ ਇਕੱਠ ਕਰਕੇ ਉਸ ਮੋਰਚੇ ਦੇ ਵਿੱਚ ਜਾਵਾਂਗੇ। ਕਿਸੇ ਵੀ ਕੀਮਤ 'ਤੇ ਅਸੀਂ ਇਹਨਾਂ ਦਾ ਕੰਮ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਇਹ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੰਦੇ। ਅਸੀਂ ਭਾਰਤੀ ਕਿਸਾਨ ਏਕਤਾ ਗ੍ਰਾਹਾਂ ਵੱਲੋਂ ਜਿਹੜਾ ਅੱਜ ਇੱਥੇ ਇਕੱਠ ਕੀਤਾ ਉਹ ਸਾਡਾ ਪਿਛਲੇ 18 ਮਹੀਨਿਆਂ ਤੋਂ ਬਠਿੰਡੇ ਜ਼ਿਲ੍ਹੇ ਅੰਦਰ ਜੋ ਗੈਸ ਪਾਈਪਲਾਈਨ ਦਾ ਮਾਮਲਾ, ਗੈਸ ਲੈ ਪਾਈਪਲਾਈਨ ਪਾਈ ਜਾ ਰਹੀ ਹੈ, ਉਹਦਾ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਇਹ ਤਾਂ ਪਹਿਲਾਂ ਸਾਡਾ ਪ੍ਰਸ਼ਾਸਨ ਨਾਲ ਸਮਝੌਤਾ ਹੋਇਆ ਹੋਇਆ ਜਿਹੜਾ ਕਿ 24 ਲੱਖ ਰੁਪਈਆ ਪ੍ਰਤੀ ਏਕੜ ਦਾ, ਅਤੇ ਨਾਲ ਇਹਦੇ ਉੱਪਰ ਜੇ ਕੋਈ ਫਸਲ ਦਾ ਨੁਕਸਾਨ ਹੈ ਜਾਂ ਕੋਈ ਹੋਰ ਕੋਠੇ ਦਾ ਨੁਕਸਾਨ ਹੈ ਉਹ ਉੱਪਰ ਦੇਣਾ ਮੰਨਿਆ ਹੋਇਆ। ਇਹ ਇਹਨਾਂ ਦੇ ਆਪ ਜੇ ਕੰਪਨੀ ਦੇ ਕਾਗਜ਼ਾਂ ਮੁਤਾਬਕ ਹੈ। ਸਰਕਾਰ ਨਾਲ ਹੀ ਵੀ ਪਿਛਲੇ ਦਿਨ ਜਦੋਂ ਮੁੱਖ ਮੰਤਰੀ ਨਾਲ ਗੱਲ ਚੱਲੀ ਉਦੋਂ ਵੀ ਇਹ ਮਸਲਾ ਉੱਥੇ ਉਠਾਇਆ ਗਿਆ। ਮੁੱਖ ਮੰਤਰੀ ਨੇ ਵਿਸ਼ਵਾਸ ਦਵਾਇਆ ਸੀ ਵੀ ਸਮਝੌਤਾ ਸਿਰੇ ਚੜ੍ਹਾਵਾਂਗੇ। ਜਦੋਂ DC ਨਾਲ ਵੀ ਗੱਲ ਚੱਲੀ ਆ ਬਠਿੰਡੇ ਦੇ ਨਾਲ, ਉਹਨਾਂ ਨੂੰ ਵੀ ਕਿਹਾ ਵੀ ਸਮਝੌਤਾ ਸਿਰੇ ਚੜ੍ਹਾਓ। ਉਹਨਾਂ ਵੱਲੋਂ ਆਏ ਸੀ ਵੀ ਇਹ ਕੰਪਨੀ ਦਾ ਨੁਕਸਾਨ ਹੋਈ ਜਾਂਦਾ, ਜੇ ਹੋਈ ਜਾਂਦਾ, ਵੋ ਹੋਈ ਜਾਂਦਾ। ਅਸੀਂ ਕਿਹਾ ਵੀ ਇਹ ਕੁਛ ਹੋਵੇ, ਚਾਹੇ ਤਾਂ ਸਮਝੌਤਾ ਸਿਰੇ ਚੜ੍ਹਾ ਦਿਓ, ਨਹੀਂ ਫਿਰ ਸਾਡਾ ਤੁਸੀਂ ਆਪ ਦਿੰਦੇ ਹੋ। ਰਾਤ ਫਿਰ ਇਹਨਾਂ ਨੇ ਵੱਡੀ ਪੱਧਰ 'ਤੇ ਉਸ ਮੋਰਚੇ 'ਤੇ ਵੱਡੀ ਪੱਧਰ 'ਤੇ ਫੋਰਸ ਲਾ ਕੇ ਮੋਰਚੇ ਨੂੰ ਘੇਰਾ ਪਾਇਆ। ਇੱਧਰੋਂ ਅਸੀਂ ਫਿਰ ਆਪਦਾ ਜਿਹੜਾ ਇਕੱਠ ਕਰਕੇ ਉਸ ਮੋਰਚੇ ਦੇ ਵਿੱਚ ਜਾਵਾਂਗੇ। ਕਿਸੇ ਵੀ ਕੀਮਤ 'ਤੇ ਅਸੀਂ ਇਹਨਾਂ ਦਾ ਕੰਮ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਇਹ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੰਦੇ। ਅਸੀਂ ਭਾਰਤੀ ਕਿਸਾਨ ਏਕਤਾ ਗ੍ਰਾਹਾਂ ਵੱਲੋਂ ਜਿਹੜਾ ਅੱਜ ਇੱਥੇ ਇਕੱਠ ਕੀਤਾ ਉਹ ਸਾਡਾ ਪਿਛਲੇ 18 ਮਹੀਨਿਆਂ ਤੋਂ ਬਠਿੰਡੇ ਜ਼ਿਲ੍ਹੇ ਅੰਦਰ ਜੋ ਗੈਸ ਪਾਈਪਲਾਈਨ ਦਾ ਮਾਮਲਾ, ਗੈਸ ਲੈ ਪਾਈਪਲਾਈਨ ਪਾਈ ਜਾ ਰਹੀ ਹੈ, ਉਹਦਾ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਇਹ ਤਾਂ ਪਹਿਲਾਂ ਸਾਡਾ ਪ੍ਰਸ਼ਾਸਨ ਨਾਲ ਸਮਝੌਤਾ ਹੋਇਆ ਹੋਇਆ ਜਿਹੜਾ ਕਿ 24 ਲੱਖ ਰੁਪਈਆ ਪ੍ਰਤੀ ਏਕੜ ਦਾ, ਅਤੇ ਨਾਲ ਇਹਦੇ ਉੱਪਰ ਜੇ ਕੋਈ ਫਸਲ ਦਾ ਨੁਕਸਾਨ ਹੈ ਜਾਂ ਕੋਈ ਹੋਰ ਕੋਠੇ ਦਾ ਨੁਕਸਾਨ ਹੈ ਉਹ ਉੱਪਰ ਦੇਣਾ ਮੰਨਿਆ ਹੋਇਆ। ਇਹ ਇਹਨਾਂ ਦੇ ਆਪ ਜੇ ਕੰਪਨੀ ਦੇ ਕਾਗਜ਼ਾਂ ਮੁਤਾਬਕ ਹੈ। ਸਰਕਾਰ ਨਾਲ ਹੀ ਵੀ ਪਿਛਲੇ ਦਿਨ ਜਦੋਂ ਮੁੱਖ ਮੰਤਰੀ ਨਾਲ ਗੱਲ ਚੱਲੀ ਉਦੋਂ ਵੀ ਇਹ ਮਸਲਾ ਉੱਥੇ ਉਠਾਇਆ ਗਿਆ। ਮੁੱਖ ਮੰਤਰੀ ਨੇ ਵਿਸ਼ਵਾਸ ਦਵਾਇਆ ਸੀ ਵੀ ਸਮਝੌਤਾ ਸਿਰੇ ਚੜ੍ਹਾਵਾਂਗੇ। ਜਦੋਂ DC ਨਾਲ ਵੀ ਗੱਲ ਚੱਲੀ ਆ ਬਠਿੰਡੇ ਦੇ ਨਾਲ, ਉਹਨਾਂ ਨੂੰ ਵੀ ਕਿਹਾ ਵੀ ਸਮਝੌਤਾ ਸਿਰੇ ਚੜ੍ਹਾਓ। ਉਹਨਾਂ ਵੱਲੋਂ ਆਏ ਸੀ ਵੀ ਇਹ ਕੰਪਨੀ ਦਾ ਨੁਕਸਾਨ ਹੋਈ ਜਾਂਦਾ, ਜੇ ਹੋਈ ਜਾਂਦਾ, ਵੋ ਹੋਈ ਜਾਂਦਾ। ਅਸੀਂ ਕਿਹਾ ਵੀ ਇਹ ਕੁਛ ਹੋਵੇ, ਚਾਹੇ ਤਾਂ ਸਮਝੌਤਾ ਸਿਰੇ ਚੜ੍ਹਾ ਦਿਓ, ਨਹੀਂ ਫਿਰ ਸਾਡਾ ਤੁਸੀਂ ਆਪ ਦਿੰਦੇ ਹੋ। ਰਾਤ ਫਿਰ ਇਹਨਾਂ ਨੇ ਵੱਡੀ ਪੱਧਰ 'ਤੇ ਉਸ ਮੋਰਚੇ 'ਤੇ ਵੱਡੀ ਪੱਧਰ 'ਤੇ ਫੋਰਸ ਲਾ ਕੇ ਮੋਰਚੇ ਨੂੰ ਘੇਰਾ ਪਾਇਆ। ਇੱਧਰੋਂ ਅਸੀਂ ਫਿਰ ਆਪਦਾ ਜਿਹੜਾ ਇਕੱਠ ਕਰਕੇ ਉਸ ਮੋਰਚੇ ਦੇ ਵਿੱਚ ਜਾਵਾਂਗੇ।
ਕਿਸੇ ਵੀ ਕੀਮਤ 'ਤੇ ਅਸੀਂ ਇਹਨਾਂ ਦਾ ਕੰਮ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਇਹ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੰਦੇ।